ਕਾਰ ਤੇ ਟਰੈਕਟਰ ਟਰਾਲੀ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਟਰੈਕਟਰ ਦੇ ਪੁਰਜੇ ਅਲੱਗ ਹੋ ਗਏ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਕਿ ਜਦੋਂ ਟਰੈਕਟਰ ਟਰਾਲੀ ਲੱਕੜਾਂ ਦੇ ਨਾਲ ਭਰੀ ਹੋਈ ਸੀ ਤਾਂ ਅਚਾਨਕ ਹੀ ਸਾਹਮਣੇ ਤੋਂ ਆ ਕੇ ਇਸ ਦੇ ਨਾਲ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਕਾਰ ਦੀ ਸਪੀਡ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਟਰੈਕਟਰ ਜੋ ਹੈ ਉਹ ਦੋ ਹਿੱਸਿਆਂ ਦੇ ਵਿੱਚ ਖੁੱਲ ਜਾਂਦਾ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਸੜਕ ਦੇ ਉੱਤੇ ਹੀ ਟਰੈਕਟਰ ਦਾ ਸਾਰਾ ਤੇਲ ਵੀ ਡੁੱਲ ਜਾਂਦਾ ਹੈ ਤੇ ਕਾਰ ਵੀ ਇਸ ਹਾਦਸੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ। ਦੂਜੇ ਪਾਸੇ ਟਰੈਕਟਰ ਚਾਲਕ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਆਵਾਜ਼ ਇੰਨੀ ਕੁ ਜ਼ਿਆਦਾ ਸੀ ਜੋ ਕਿ ਕਿਹਾ ਜਾ ਰਿਹਾ ਕਿ ਕਈ ਫੁੱਟ ਦੂਰ ਤੱਕ ਸੁਣੀ ਗਈ ਤੇ ਲੋਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਦਸੇ ਵਾਲੀ ਥਾਂ ਤੇ ਭੱਜੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਕਾਰ ਦਾ ਚਾਲਕ ਸੀ ਉਹ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਧੁੱਤ ਨਜ਼ਰ ਆ ਰਿਹਾ ਸੀ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰ ਉਸਨੇ ਨਸ਼ਾ ਕੀਤਾ ਜਾਂ ਨਹੀਂ, ਪਰ ਕਿਤੇ ਨਾ ਕਿਤੇ ਜੋ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਨੇ ਦੱਸਿਆ ਕਿ ਜੋ ਕਾਰ ਚਾਲਕ ਸੀ ਉਹ ਬਿਲਕੁਲ ਹੀ ਨਸ਼ੇ ਦੇ ਵਿੱਚ ਬੇਸੁੱਧ ਸੀ। ਪਰ ਕਿਹਾ ਜਾ ਰਿਹਾ ਕਿ ਹਾਦਸੇ ਦੇ ਵਿੱਚ ਟਰੈਕਟਰ ਚਾਲਕ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਭਿਆਨਕ ਸੜਕ ਹਾਦਸਾ ਇਹ ਅਬੋਹਰ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੀ ਕਾਰ ਦੇ ਨਾਲ ਟੱਕਰ ਹੋਈ ਹੈ, ਜਿਸ ਦੇ ਵਿੱਚ ਟਰੈਕਟਰ ਟਰਾਲੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਸਰ ਮੈਂ ਸਾਹਮਣੇ ਨਾ ਜੀ ਲੱਕੜਾਂ ਭਰ ਰਿਹਾ ਸੀ ਜੀ, ਗੱਡੀ ਇੱਧਰੋਂ ਆ ਰਹੀ ਸੀ, ਇਹ ਇੱਧਰੋਂ ਟਰੈਕਟਰ ਲੈ ਕੇ ਆ ਰਿਹਾ ਸੀ ਜੀ, ਮਤਲਬ ਇੰਨਾ ਕੁ ਹਾਦਸਾ ਹੋਇਆ ਜੀ। ਦੇਖੋ ਟਰੈਕਟਰ ਦੇ ਦੋ ਹਿੱਸੇ ਹੋ ਗਏ ਜੀ, ਘੱਟੋ ਘੱਟ ਇੱਥੋਂ ਕਿੱਲਾ ਡੇਢ ਕਿੱਲਾ ਪੈਂਦਾ ਜੀ, ਇੰਨੀ ਦੂਰ ਭਿਅੰਕਰ ਇੰਨੀ ਭਿਅੰਕਰ ਆਵਾਜ਼ ਆਈ ਜੀ। ਉੱਥੋਂ ਮੈਂ ਦੌੜਿਆ, ਦੋ ਮੁੰਡੇ ਇੱਧਰੋਂ ਦੌੜ ਕੇ ਆਏ, ਇੱਕ ਮੁੰਡਾ ਹੋਰ ਗੱਡੇ ਵਾਲਾ ਜਾ ਰਿਹਾ ਸੀ, ਉਹ ਮੈਨੂੰ ਕਹਿੰਦਾ ਵੀ ਐਕਸੀਡੈਂਟ ਹੋ ਗਿਆ, ਦੇਖੋ ਉਹ ਬੰਦਾ ਖਤਮ ਹੋ ਗਿਆ, ਬੰਦਾ ਖਤਮ ਹੋ ਗਿਆ ਜੀ। ਫਿਰ ਮੈਂ ਇੱਧਰ ਮੰਡੀ ਭੱਜਿਆ ਜੀ, ਜਿਹੜੇ ਮੇਰੇ ਭਾਈ ਜਿਹੜੇ ਨਾਲ ਕੰਮ ਕਰਦੇ ਆ ਲੜਕੇ, ਅਸੀਂ ਪ੍ਰਾਈਵੇਟ ਗੱਡੀ ਲੈ ਕੇ ਮੁੰਡੇ ਦੀ, ਉਹਦੇ 'ਤੇ ਹੁਣ ਹੋਸਪਿਟਲ ਟ੍ਰਾਂਸਫਰ ਕਰ ਦਿੱਤਾ। ਹੁਣ ਦੇਖੋ ਜੀ ਵੀ ਮਰੀਜ਼ ਕਿੱਦਾਂ ਹੈ ਜੀ, ਰੈਫਰ ਕਰਦੇ ਆ ਜਾਂ ਮਰੀਜ਼ ਨੂੰ ਹੋਸ਼ ਆਉਂਦੀ ਹੈ। ਸਰ ਇਸ ਤਰ੍ਹਾਂ ਕਿ ਜਦੋਂ ਅਸੀਂ ਸੁਬਹਾ ਸਾਡੇ ਬੋਲੀ ਹੁੰਦੀ ਲੱਕੜ ਦੀ, ਅਤੇ ਕਿ ਉੱਥੇ ਇੱਕਦਮ ਦੌੜ ਕੇ ਗਿਆ, ਸਾਡੇ ਛਿੰਦਾ ਇੱਥੇ ਹੈਗਾ, ਕਹਿੰਦੇ ਕਿ ਸਾਡੇ ਇੱਕ ਬਹੁਤ ਖੜਕਾ ਵੀ ਸਾਡੇ ਕਾਫੀ ਨਜ਼ਦੀਕ ਇੱਥੇ ਬੋਲੀ ਹੋ ਰਹੀ ਸੀ, ਔਰ ਦੱਸ ਰਹੇ ਸੀ ਕਿ ਕਹਿੰਦੇ ਕਾਰ ਦਾ ਐਕਸੀਡੈਂਟ ਹੋਇਆ, ਸਾਡਾ ਜਿਹੜਾ ਕਿ ਇੱਕ ਮਜ਼ਦੂਰ ਭਾਈ ਲੱਕੜ ਦਾ ਨਾਲ ਟਰੈਕਟਰ ਚਲਾਉਂਦਾ, ਉਹਦੇ ਨਾਲ ਉਹ ਕਾਰ ਲਾ ਕੇ ਪੀੜੀ, ਔਰ ਜਦੋਂ ਕਿ ਪਤਾ ਦੇਖਿਆ ਕਿ ਡਰਾਈਵਰ ਦਾ ਹਾਲ, ਡਰਾਈਵਰ ਤਾਂ ਫੁੱਲ ਨਸ਼ੇ 'ਚ ਜੀ, ਤੁਸੀਂ ਦੇਖ ਹੀ ਰਹੇ ਹੋ, ਡਰਾਈਵਰ ਨੇ ਫੁੱਲ ਨਸ਼ਾ ਕੀਤਾ ਹੋਇਆ, ਉਹ ਹਾਂਜੀ ਕਾਰ ਚੱਲੋ ਖੜੇ ਹੀ ਜੀ, ਤੁਸੀਂ ਉਹਦਾ ਔਰ ਉਹਨੂੰ ਕੋਈ ਸੁਰਤ ਨਹੀਂ ਹੈਗੀ। ਬਾਕੀ ਜਦੋਂ ਕਿ ਇੱਥੇ ਜਿਹੜਾ ਇਹ ਵਾਕਿਆ ਹੋਇਆ, ਬਹੁਤ ਮਤਲਬ ਇਹ ਨਸ਼ੇ ਕਾਰਨ ਹੀ ਕੀਤਾ, ਉਹਦੇ ਕਰਕੇ ਹੋਇਆ ਨਸ਼ਾ, ਉਹ ਟਰੈਕਟਰ ਆਪਣੀ ਇੱਧਰੋਂ ਕੱਚੀ ਸਾਡੀ ਸਾਈਡ ਆਦੀ, ਉਹਨੇ ਨਿਕਲਿਆ ਸੀ ਟਰੈਕਟਰ, ਜੋਸ਼ ਇੱਥੋਂ ਲੈ ਕੇ ਗਏ। ਇੱਕ ਨਾ ਅੱਜ 112 'ਤੇ ਹੈਲਪਲਾਈਨ 'ਤੇ ਸਾਨੂੰ ਕਾਲ ਆਈ ਵੀ ਦਾਣਾ ਮੰਡੀ ਦੇ ਵਿੱਚ ਇੱਕ ਕਾਰ ਅਤੇ ਇੱਕ ਟਰੈਕਟਰ ਆਸ਼ਰ ਦਾ ਐਕਸੀਡੈਂਟ ਹੋ ਗਿਆ, ਆਸ਼ਰ ਟਰੈਕਟਰ ਵਿਚਾਲੋਂ ਟੁੱਟ ਗਿਆ। ਜਦੋਂ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਕਿ ਦਾਣਾ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੀ ਤਰਫੋਂ ਇੱਕ ਕਾਰ ਆ ਰਹੀ ਸੀ ਅਤੇ ਦਾਣਾ ਮੰਡੀ ਦੇ ਵਿੱਚ ਲੱਕੜ ਮੰਡੀ ਬਣੀ ਹੋਈ, ਉੱਥੋਂ ਇੱਕ ਟਰੈਕਟਰ ਨਿਕਲ ਰਿਹਾ ਸੀ। ਉਹ ਰਸਤਾ ਜਿਹੜਾ ਹੈ, ਪੰਜ ਚਾਰ ਦੁਕਾਨਾਂ ਖਾਲੀ ਪਈਆਂ, ਉਹਨਾਂ ਦੇ ਵਿੱਚ ਦੀ ਆਰਜ਼ੀ ਰਸਤਾ ਬਣਾਇਆ ਉਹਨਾਂ ਨੇ, ਕਿਸੇ ਦੀ ਧਿਆਨ ਨਾ ਹੋਣ ਕਰਕੇ ਜਾਂ ਦੋਵੇਂ ਗੱਡੀਆਂ ਤੇਜ਼ ਹੋਣ ਕਰਕੇ ਕਾਰ ਦਾ ਜਿਹੜਾ ਅਗਲਾ ਹਿੱਸਾ ਉਹ ਟਰੈਕਟਰ ਦੇ ਵਿੱਚ ਵੱਜਿਆ ਟਾਇਰ 'ਚ, ਟਰੈਕਟਰ ਦੇ ਦੋ ਹਿੱਸੇ ਹੋ ਗਏ। ਜਿਹੜਾ ਡਰਾਈਵਰ ਸੀ ਉਹਦੇ ਸੱਟਾਂ ਵੱਜੀਆਂ, ਉਹਨੂੰ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ। ਜਿਹੜਾ ਕਾਰ ਵਾਲਾ ਹੈ ਉਹਨੂੰ ਲਿਆ ਕੇ ਸਿਟੀ 1 IU ਦੇ ਹਵਾਲੇ ਕੀਤਾ ਹੈ, ਫੋਟੋਆਂ ਖਿੱਚੀਆਂ ਗਈਆਂ, ਹਾਲਾਤ ਦੇਖੇ ਗਏ ਹੈ। ਹੁਣ ਜੋ ਬਿਆਨ ਦੇਣਗੇ, ਜੋ ਕਾਰਵਾਈ ਕਰਾਉਣਾ ਚਾਹੁੰਗੇ, ਉਹ ਸਮੇਂ ਮੁਤਾਬਕ ਉਹੀ ਉਹ ਕਾਰਵਾਈ ਅਮਲ 'ਚ ਲਿਆਉਂਦੀ ਹੈ। ਦੇਖੋ ਵਿਚਾਰ ਰਹਿ ਗਿਆ ਜਿੰਨੇ ਨੁਕਸਾਨ ਹੋਏ, ਹਾਦਸਾ ਤਾਂ ਬਹੁਤ ਤਕੜਾ, ਟਰੈਕਟਰ ਦੇ ਦੋ ਟੁੱਟੇ ਹੋ ਗਏ, ਠੀਕ ਹੈ ਜੀ, ਹੁਣ ਸਰਕਾਰੀ ਹਸਪਤਾਲ ਹੈ, ਉਹ ਦਾਖਲ ਹੈ।
ਜਿਹੜਾ ਟਰੈਕਟਰ ਵਾਲਾ ਉਹ ਗੁਰਮੁਖ ਸਿੰਘ ਹੈ ਸੀਡ ਫਾਰਮ ਦਾ, ਅਤੇ ਜਿਹੜਾ ਕਾਰ ਵਾਲਾ ਉਹ ਧਰਮਵੀਰ ਪੁੱਤਰ ਮਦਨ ਲਾਲ ਆਨੰਦ ਨਗਰੀ 4 ਨੰਬਰ ਵੋਰਡ ਦਾ, ਦੋਵੇਂ ਵੋਰਡ ਦੀ।